ਪੱਪੂ ਪੱਪੂ ਹੀ ਰਹਿਣਗੇ ਪੱਪੂ ਪੱਪੂ ਹੀ ਰਹਿਣਗੇ ਇਸ ਜਨਾਬ ਨੇ ਜਿਹੜੇ ਇਹਨਾਂ ਦੇ ਦਾਦੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਪੁੱਪਾਂ ਨਾਲ ਗੋਲੀਆਂ ਨਾਲ ਪਹਿਲਾਂ ਆਪ ਹੀ ਪੈਦਾ ਕਰਕੇ ਬੰਦੇ ਉੱਥੇ ਭੇਜੇ ਸਿਰਫ ਫਿਰ ਵੋਟਾਂ ਲਈ ਮੈਂ ਉਸ ਚ ਨਹੀਂ ਜਾਣਾ ਚਾਹੁੰਦਾ ਸਭ ਪੰਜਾਬੀਆਂ ਨੂੰ ਪਤਾ ਜਦੋਂ ਪਿੰਰਾਂ ਵਾਲੇ ਸਾਹਿਬ ਉੱਥੇ ਚਲੇ ਗਏ ਜਦੋਂ ਉਹ ਉੱਥੇ ਜਾ ਕੇ ਬਹਿ ਗਏ ਤੇ ਉਹ ਤੋਂ ਬਾਅਦ ਕਿਵੇਂ ਸਾਰੇ ਦੇਸ਼ 'ਚ ਵੋਟਾਂ ਲੈਣੀਆਂ ਉਹਨਾਂ ਨੂੰ ਵੀ ਉੱਥੇ ਤੇ ਬਾਕੀਆਂ ਨੂੰ ਵੀ ਉੱਥੇ ਗੋੜੀਆਂ ਮਾਰ-ਮਾਰ ਕੇ ਮੁੰਨਿਆ ਸ਼ਿਕਾਰ ਕੀਤਾ ਉਹਨਾਂ ਨੇ ਸ਼ਿਕਾਰ ਕੀਤਾ ਤੇ ਸਾਡੇ ਜਿਹੜੇ ਲਿਵਿੰਗ ਗ੍ਰੋਸ਼ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਭ ਤੋਂ ਅੰਦਰ ਦਰਬਾਰ ਸਾਹਿਬ ਉੱਥੇ ਉਹਨਾਂ ਚ ਵੀ ਗੋਲੀ ਵੱਜੀ ਜਾ ਕੇ ਅਕਾਲ ਤਖਤ ਸਾਹਿਬ ਜਾਂ ਹੋਰ ਤਹਿ ਤੇਰੀ ਹੋਇਆ ਖੂਨ ਦੇ ਨਾਲ ਲਥਪਥ ਉਹ ਗੱਲ ਭੁੱਲ ਗਏ ਮੈਨੂੰ ਲੱਗਦਾ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਕਾਂਗਰਸੀ ਵੀ ਜਦੋਂ ਉੱਥੇ ਖੂਨ ਦੀਆਂ ਜੜੀਆਂ ਉਹ ਨਦੀਆਂ ਵਹਿ ਰਹੀਆਂ ਸੀ ਤੇ ਮੈਂ ਸਮਝਦਾ ਨਾਰਥ ਇੰਡੀਆ ਦਾ ਕੋਈ ਸ਼ਹਿਰ ਨਹੀਂ ਹੋਣਾ ਰਵੀ ਜੀ ਨਾਰਥ ਇੰਡੀਆ ਦਾ ਕੋਈ ਸ਼ਹਿਰ ਨਹੀਂ ਹੋਣਾ ਜਿੱਥੇ ਸਿੱਖਾਂ ਨੂੰ ਗਲਚ ਟੈਰ ਪਾ ਕੇ ਤੇਲ ਪਾ ਕੇ ਤੜਫਾਂ ਤੜਫਾਂ ਉਹਨਾਂ ਨੂੰ ਜਿਹੜੀਆਂ ਤੰਦੂਰਾਂ 'ਚ ਕੜਾਹਿਆਂ 'ਚ ਜਿਨ੍ਹਾਂ 'ਚ ਸਿੱਖਾਂ ਨੂੰ ਸਿੱਟ ਸਿੱਟ ਅਵਾਲ ਕੇ ਜਲਾਇਆ ਗਿਆ ਇਹ ਕਾਂਗਰਸ ਨੇ ਐਸ ਵੇਲੇ ਮੋਦੀ ਸਾਹਿਬ ਦਾ ਇੰਡੀਆ ਹੈ ਜਿੱਥੇ ਸਿੱਖ ਸੁਰੱਖਿਅਤ ਸਮਝਦਾ ਜਦੋਂ ਇਹਨਾਂ ਦੇ ਵੇਲੇ ਤਾਂ ਸਿੱਖੁਰੇ ਮਾਰੇ ਜਾਂਦੇ ਸੀ ਅੱਜ ਜਦੋਂ ਅਫਗਾਨਿਸਤਾਨ 'ਚ ਉੱਥੇ ਪ੍ਰੋਬਲਮ ਆਈ ਤਾਂ ਸਿੱਖ ਕਿਤੇ ਹੋਰ ਜਾਣ ਤੋਂ ਅਮਰੀਕਾ ਕੈਨੇਡਾ ਜਾ ਸਕਦਾ ਸੀ ਉਹ ਸਿੱਖ ਮਾਈਗ੍ਰੇਟ ਕਿੱਥੇ ਕੀਤੇ ਉੱਥੋਂ ਇੰਡੀਆ 'ਚ ਦਿੱਲੀ 'ਚ ਆਏ ਸਿੱਖ ਪਾਕਿਸਤਾਨ 'ਚ ਕੋਈ ਇਸ਼ੂ ਹੁੰਦਾ ਕਿਤੇ ਜਾ ਸਕਦੇ ਸਿੱਖ ਇੰਡੀਆ 'ਚ ਆਉਂਦੇ ਨੇ ਬੰਗਲਾਦੇਸ਼ 'ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਿੱਖ Hindu ਆ ਕੇ ਹਿੰਦੂਸਤਾਨ 'ਚ ਆਉਂਦਾ ਏ केंद्र राज्य मंत्री रवनीत बिट्टू हमारे साथ बातचीत करने के लिए मौजूद है सर किस तरीके से देखते हैं राष्ट्रीय अध्यक्ष कांग्रेस के उन्होंने पत्र लिखा है प्रधानमंत्री को कि जो नेता इस तरीके के बयान देते हैं उन पर सख्त से सख्त कार्रवाई की जाए किस तरीके से आप देखते हैं हाल में आपने राहुल गांधी को लेकर जो बयान दिया उसकी बहुत निंदा करते हुए नजर आया कांग्रेस मैं पहले तो आपके सामने ना मैं एज ए कोई मंत्री ना मैं कोई बीजेपी ना कोई मैं पॉलिटिशियन मैं आपके सामने जो बात करूंगा जहाँ मैं जो थोड़े मूरे गलत कर रहे हैं ਮੈਂ ਬਿਲਕੁਲ ਕੋਈ ਰਾਜਨੀਤਿਕ ਤੌਰ ਤੇ ਨਹੀਂ ਕਰ ਰਿਹਾ ਮੈਂ ਬਿਲਕੁਲ ਕੋਈ ਮੰਤਰੀ ਦੇ ਤੌਰ ਤੇ ਨਹੀਂ ਕਰ ਰਿਹਾ ਮੈਂ ਕੋਈ ਭਾਜਪੀ ਦੇ ਵਰਕਰ ਦੇ ਤੌਰ ਤੇ ਨਹੀਂ ਕਰ ਰਿਹਾ ਮੈਂ ਜੇ ਇਹ ਗੱਲ ਕਰ ਰਿਹਾ ਤੁਹਾਡੇ ਮੂਰੇ ਜਾਂ ਪਹਿਲਾਂ ਵੀ ਕੀਤੀ ਮੈਂ ਐਸ ਅ ਸਿੱਖ ਕੀਤੀ ਜਦੋਂ ਸਿੱਖ ਨੂੰ ਉਹਨਾਂ ਨੇ ਇਹ ਗੱਲ ਕਹੀ ਖੜਗੇ ਸਾਹਿਬ ਤੁਸੀਂ ਸਾਹਮਣੇ ਆ ਕੇ ਤੁਸੀਂ ਆ ਕੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੋ ਤੁਸੀਂ ਚਿੱਠੀ ਤਾਂ ਲਿਖੀ ਹੈ ਪ੍ਰਧਾਨ ਮੰਤਰੀ ਜੀ ਨੂੰ ਤੁਹਾਨੂੰ ਨਹੀਂ ਪਤਾ 100 ਦਿਨ ਚ ਤੂੰ ਤੁਸੀਂ ਤੇ ਤੁਹਾਡੀ ਪਾਰਟੀ ਕੀ ਕੁਛ ਕਹਿੰਦੀ ਰਹੀ ਹੈ ਪ੍ਰਧਾਨ ਮੰਤਰੀ ਜੀ ਨੂੰ ਚਲੋ ਉਹ ਗੱਲ ਉਹ ਸਾਖਸ਼ਮ ਨੇ ਆਪਣੇ ਆਪ ਨੂੰ ਜਦੋਂ ਉਹਨਾਂ ਨੇ ਗੱਲ ਕਰਨੀ ਹੈ ਪਰ ਜਿਹੜੀ ਮੈਂ ਗੱਲ ਕਰ ਰਿਹਾ ਐਜ਼ ਅ ਸਿੱਖ ਤੁਸੀਂ ਉੱਥੇ ਜਾ ਕੇ ਅਮਰੀਕਾ ਚ ਤੁਸੀਂ ਇਹ ਗੱਲ ਤੁਹਾਨੂੰ ਮੈਂ ਖੜਗੇ ਸਾਹਿਬ ਕਹਿ ਰਿਹਾ ਵੀ ਤੁਸੀਂ ਇਹ ਗੱਲ ਨੂੰ মিডিਆ ਮੁਰੇ ਕਿਉਂ ਵੀ ਜੋ ਰਾਹੁਲ ਗਾਂਧੀ ਕਹਿ ਕੇ ਆਇਆ ਵੀ ਮੈਂ ਉਹਦੇ ਨਾਲ ਸਹਿਮਤ ਆ ਤੇ ਇਹ ਸਾਡੇ ਦੇਸ਼ ਚ ਹੋ ਰਿਹਾ ਉਹਨਾਂ ਨੇ ਇਹ ਵੀ ਨਹੀਂ ਯਾਰੋ ਦੇਖੋ ਉਹ ਪੱਪੂ ਪੱਪੂ ਹੀ ਰਹਿਣਗੇ ਕਿਉਂ ਉਨਾਂ ਨੂੰ ਇਹ ਹੀ ਨਹੀਂ ਪਤਾ ਵੀ ਜਿਹੜਾ ਮੇਰੇ ਮੂਰੇ ਬੈਠਾ ਏ ਕੋਈ মিডিਆ ਵਾਲਾ ਬੈਠਾ ਏ ਜਾਂ ਕੋਈ ਮੇਰਾ ਵਰਕਰ ਬੈਠਾ ਏ ਜਾਂ ਮੇਰਾ ਕੋਈ ਜਿਹੜੀ ਇਹਨਾਂ ਦੀ ਉੱਥੇ ਐਨਆਰ ਸੁਭਾ ਹੈ ਜਾਂ ਉਹਦੇ ਵਿੱਚੋਂ ਆ ਕੋਈ ਉਹ ਬਾਅਦ ਦੇ ਵਿੱਚ ਇੱਕ মিডিਆ ਵਾਲਾ ਸੀ ਪੱਤਰਕਾਰ ਭਰਾ ਸੀ ਜਿਹਨੂੰ ਇਹ ਕਹਤਾ ਵੀ ਦੱਸੋ ਤੁਹਾਡਾ ਨਾਮ ਕੀ ਹੈ ਉਹਨੇ ਵਿਚਾਲੇ ਨੇ ਨਾਮ ਦੱਸ ਤਾਂ ਆਪਣਾ ਦੱਸਣਾ ਹੀ ਸੀ ਉਹਦੇ ਨਾਮ ਤੇ ਉਹਨੂੰ ਕਹਿੰਦੇ ਵੀ ਤੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹਿੰਦੁਸਤਾਨ 'ਚ ਸਿੱਖ ਨੂੰ ਕੜਾ ਪਾਉਣ ਦੀ ਆਜ਼ਾਦਤ ਨਹੀਂ ਸਿੱਖ ਨੂੰ ਪੱਗ ਬੰਨਣ ਦੀ ਆਜ਼ਾਦਤ ਨਹੀਂ ਸਿੱਖ ਨੂੰ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਉਹ ਇੱਕਦਮ ਉੱਥੇ ਕੁਐਸਚਨ ਕਰਨ ਨੂੰ ਵੀ ਉਹਨੇ ਇੱਕਦਮ ਕੋਸ਼ਿਸ਼ ਕੀਤੀ ਕਿਉਂਕਿ ਮੀਡੀਆ ਕੁਐਸਚਨ ਕਰਨ ਨੂੰ ਹੀ ਬੈਠਾ ਸੀ ਉਸ ਵळे ਸਟੇਜ ਛੱਡ ਕੇ ਚਲੇ ਗਏ ਬਾਅਦ ਚ ਉਹਨੇ ਸਾਹਮਣੇ ਆ ਕੇ ਕਿਹਾ ਵੀ ਮੇਰਾ ਨਾਂ ਲਿਆ ਇੱਕ ਪੰਜਾਬੀ ਇੱਕ ਸਿੱਖ ਹੋਣ ਦੇ ਨਾਤੇ ਮੈਂ ਕਹਿੰਨਾ ਵੀ ਮੇਰੇ ਦੇਸ਼ ਹਿੰਦੁਸਤਾਨ ਚ ਇੰਡੀਆ ਚ ਕਿਸੇ ਵੀ ਜਗ੍ਹਾ ਨਾ ਪੱਗ ਨੂੰ ਰੋਕਿਆ ਜਾਂਦਾ ਨਾ ਕੜੇ ਨੂੰ ਰੋਕਿਆ ਜਾਂਦਾ ਗੁਰਦੁਆਰੇ ਜਾਣ ਉਤ ਕਿਸੇ ਨੂੰ ਵੀ ਰੋਕਿਆ ਜਾਂਦਾ ਗੱਲ ਸਿੱਖ ਦੀ ਤਾਂ ਗੱਲ ਹੀ ਛੱਡੋ ਜਿਹੜਾ ਕੜਾ ਏ ਤੁਹਾਨੂੰ ਪਤਾ ਏ ਕੜਾ ਜਦੋਂ ਵੀ ਪੰਜਾਬੀ ਚਾਹੇ ਕੋਈ ਸਿੱਖ ਜਦੋਂ ਘਰ 'ਚ ਜਨਮ ਲੈ ਲਿਆ ਪਹਿਲਾ ਕੰਮ ਉਹਦੇ ਖੁਸ਼ੀ ਨਾਲ ਦਾਦਾ ਦਾਦੀ ਉਹਦੇ ਪੇਰੈਂਟਸ ਕੜਾ ਪਾਇਆ ਜਾਂਦਾ ਤੇ ਉਹ ਕੜਾ ਪਹਿਲੇ ਦਿਨ ਤੋਂ ਜਨਮ ਤੋਂ ਲੈ ਕੇ ਉਹਦੇ ਡੈਥ ਤੱਕ ਮਰਨ ਤੱਕ ਉਹਦੇ ਕੜਾ ਹੈ ਜਿਹੜਾ ਉਹ ਉਹਦੇ ਹੱਥ 'ਚ ਰਹਿੰਦਾ ਹੈ ਤੇ ਇਹ ਭਾਈ ਸਾਹਿਬ ਕਹਿ ਰਹੇ ਆ ਸਿੱਖਾਂ ਨੂੰ ਜਿਹੜਾ ਇਹ ਉਹ ਕੜਾ ਨਹੀਂ ਪਉਣ ਦਿੱਤਾ ਜਾ ਰਿਹਾ ਮੈਂ ਫੇਰ ਖੜ ਕੇ ਸਾਹਿਬ ਨੂੰ ਕਹਿਣਾ ਖੜ ਕੇ ਸਾਹਿਬ ਇਹ ਚਿੱਠੀ ਲਿਖਣ ਤੋਂ ਪਹਿਲਾਂ ਕੋਣਾ ਜੀ ਤੁਸੀਂ ਬਹੁਤ ਪੁਰਾਣੇ ਸਿਆਸਤਦਾਨ ਹੋ ਤੁਸੀਂ ਸਭ ਤੋਂ ਪੁਰਾਣੇ ਸਿਆਸਤਦਾਨਾਂ ਚੋਂ ਤੁਸੀਂ ਤਾਂ ਸੋਚਣਾ ਸੀ ਵੀ ਜੋ ਸਾਡੇ ਬਾਰੇ ਕਹਤਾ ਠੀਕ ਆ ਪਰ ਕਿਤੇ ਨਾ ਕਿਤੇ ਮੈਂ মিডিਆ ਦੇ ਜਵਾਬ ਪੁੱਛਣਾ ਚਾਹਣਾ ਨਿਊਜ਼ 18 ਤੇ ਪੁੱਛਣਾ ਚਾਹਣਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਵੀ ਜੋ ਉਹਨਾਂ ਨੇ ਗੱਲ ਕਹੀ ਤੁਸੀਂ ਇਹ ਗੱਲ মিডিਆ ਚ ਆ ਕੇ ਕੋਈ ਵੀ ਰਾਹੁਲ ਗਾਂਧੀ ਨੇ ਗੱਲ ਬਿਲਕੁਲ ਸੱਚ ਕਹੀ ਆ ਤੇ ਠੀਕ ਕਹੀ ਆ ਫਿਰ ਗੱਲ ਕਰਾਂਗੇ ਉਦੋਂ ਬਾਅਦ ਮੈਂ ਜਿਹੜੀ ਗੱਲ ਕਹੀ 테ਰਰਿਸਟ ਤਾਂ ਇੱਕ ਬੰਦੇ ਨੂੰ ਮਾਰ ਲੂ ਦੋ ਨੂੰ ਮਾਰ ਲੂ ਪੰਜ ਨੂੰ ਮਾਰ ਲੂ ਬੰਬ ਚ ਲਾ ਕੇ ਬਾਅਦ ਪੁਲਿਸ ਦੇ ਕੋਲੋਂ ਫੜਿਆ ਜਾਊ ਜਾਂ ਉਹ ਮਾਰੇ ਆ ਜਾਊ ਪਰ ਇਸ ਜਨਾਬ ਨੇ ਜਿਹੜੇ ਇਹਨਾਂ ਦੇ ਦਾਦੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਚ ਤੁਪਾਂ ਨਾਲ ਗੋਲੀਆਂ ਨਾਲ ਪਹਿਲਾਂ ਆਪ ਹੀ ਪੈਦਾ ਕਰਕੇ ਬੰਦੇ ਉੱਥੇ ਭੇਜੇ ਸਿਰਫ ਵੋਟਾਂ ਲਈ ਮੈਂ ਉਸ ਚ ਨਹੀਂ ਜਾਣਾ ਚਾਹੁੰਦਾ ਸਭ ਪੰਜਾਬੀਆਂ ਨੂੰ ਪਤਾ ਜਦੋਂ ਪਿੰਨਰਾ ਵਾਲੇ ਸਾਹਿਬ ਉੱਥੇ ਚਲੇ ਗਏ ਜਦੋਂ ਉਹ ਉੱਥੇ ਜਾ ਕੇ ਬਹਿ ਗਏ ਤੇ ਉਦੋਂ ਬਾਅਦ ਕਿਵੇਂ ਸਾਰੇ ਦੇਸ਼ ਚ ਓਟਾਂ ਲੈਣੀਆਂ ਉਹਨਾਂ ਨੂੰ ਵੀ ਉੱਥੇ ਤੇ ਬਾਕੀਆਂ ਨੂੰ ਵੀ ਉੱਥੇ ਗੋਲੀਆਂ ਮਾਰ ਮਾਰ ਭੁੰਨੇ ਆ ਸ਼ਿਕਾਰ ਕੀਤਾ ਉਹਨਾਂ ਦਾ ਸ਼ਿਕਾਰ ਕੀਤਾ ਮੈਸੇਕਰ ਤਾਂ ਦਿੱਲੀ ਚ ਹੋਇਆ ਪਰ ਗੁਰਦੁਆਰੇ ਸਾਹਿਬ ਚ ਸ਼ਿਕਾਰ ਕੀਤਾ ਸਿੱਖਾਂ ਦਾ ਇਹ ਕਾਂਗਰਸ ਪਾਰਟੀ ਨੇ ਤੇ ਸਾਡੇ ਜਿਹੜੇ ਲਿਵਿੰਗ ਗ੍ਰੋਸਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਭ ਤੋਂ ਅੰਦਰ ਦਰਬਾਰ ਸਾਹਿਬ ਚ ਉੱਥੇ ਉਹਨਾਂ ਚ ਵੀ ਗੋਲੀ ਵੱਜੀ ਜਾ ਕੇ ਕੱਲ ਤੱਕ ਸਾਬ ਜਾਂ ਹੋਰ ਟੈ ਟੈਰੀ ਹੋਇਆ ਖੂਨ ਦੇ ਨਾਲ ਲਥਪਤ ਉਹ ਗੱਲ ਭੁੱਲ ਗਏ ਮੈਨੂੰ ਲੱਗਦਾ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਕਾਂਗਰਸੀ ਵੀ ਜਦੋਂ ਉੱਥੇ ਖੂਨ ਦੀਆਂ ਜੜੀਆਂ ਆ ਨਦੀਆਂ ਵਹਿ ਰਹੀਆਂ ਸੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਫੇਰ ਵੀ ਢਿੱਡ ਨਹੀਂ ਪਰਿਆ ਫੇਰ ਜਦੋਂ ਰਜੀਵ ਗਾਂਧੀ ਜੀ ਦੀ 바ਰੀ ਆ ਗਈ ਉਹਨਾਂ ਨੇ ਕਿਹਾ ਵੀ ਜੋ ਕੁਝ ਹੁੰਦਾ ਕਰੋ ਤੇ ਮੈਂ ਸਮਝਦਾ ਨਾਰਥ ਇੰਡੀਆ ਦਾ ਕੋਈ ਸ਼ਹਿਰ ਨਹੀਂ ਹੋਣਾ ਰਵੀ ਜੀ ਨਾਰਥ ਇੰਡੀਆ ਦਾ ਕੋਈ ਸ਼ਹਿਰ ਨਹੀਂ ਹੋਣਾ ਜਿੱਥੇ ਸਿੱਖਾਂ ਨੂੰ ਗਲ ਚ ਟਾਇਰ ਪਾ ਕੇ ਤੇਲ ਪਾ ਕੇ ਤੜਫਾਂ ਤੜਫਾਂ ਉਹਨਾਂ ਨੂੰ ਜਿਹੜੀਆਂ ਇਹ ਰੋਟੀ ਬਣਾਉਣ ਵਾਲੀਆਂ ਕੀ ਉਹ ਚ ਤੰਦੂਰਾਂ ਚ ਕੜਾਹਿਆਂ ਚ ਜਿਨ੍ਹਾਂ ਚ ਸਿੱਖਾਂ ਨੂੰ ਸਿੱਟ ਸਿੱਟ ਅਵਾਲ ਕੇ ਜਲਾਇਆ ਗਿਆ ਇਹ ਕਾਂਗਰਸ ਨੇ ਇਹ ਕਿਆਂਸ ਵੀ ਬੜਾ درخت ਡਿੱਗਦਾ ਏ ਧਰਤੀ ਤਾਂ ਹਿੱਲੂਗੀ ਤੇ ਇਹ ਕੰਮ ਕਰੋ ਜਿੰਨਾ ਕਰ ਹੁੰਦਾ ਤੇ ਉਸ ਪਾਰਟੀ ਇਹ 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 ਗੱਲ ਉਹ ਕਰੋ ਇਹ ਦੂਆ ਨੇ ਮੈਂ ਦੱਸਦਾ ਵੀ ਸਿੱਖਾਂ ਨੂੰ ਕਿਵੇਂ ਮਾਰਿਆ ਤੀਜੇ ਹੁਣ ਇਹ ਜਿਹੜੇ ਫਰਦਾਂਜ ਨੇ ਇਹਨਾਂ ਦੇ ਇਹਨਾਂ ਨੂੰ ਪੱਪੂ ਕਹਿੰਦੇ ਆ ਉਹਨਾਂ ਨੇ ਬਾਹਰ ਜਾ ਕੇ ਕੋਸ਼ਿਸ਼ ਕੀਤੀ ਬਈ OBC ਕਹਿੰਦੇ ਮੁਸਲਿਮ ਕਹਿਣ ਤੇ ਹੋਰ ਕਹਿਣ ਤੇ ਗੱਲ ਕੋਈ ਹਿੱਲ ਨਹੀਂ ਹੁਣ ਸਿੱਖਾਂ ਨੂੰ ਕਿਵੇਂ ਚਿੰਗਾਰੀ ਲਾਉਣੀ ਆ ਕਿਉਂਕਿ ਟਾਈਮ ਹੋ ਗਿਆ ਜਨਰੇਸ਼ਨ ਚੇਂਜ ਹੋ ਗਈਆਂ ਖੜਗੇ ਸਾਹਿਬ ਤੁਸੀਂ ਤੁਹਾਡੀ ਐਲਓਪੀ ਐਲਓਪੀ ਤਾਂ ਬਣ ਗਏ ਪਰ ਜਿਹੜੀ ਬੁੱਧੀ ਆ ਦਿਮਾਗ ਆ ਉੱਥੇ ਦਾ ਉੱਥੇ ਹੀ ਰਿਹਾ ਜਦੋਂ ਇਹ ਗੱਲ ਕਹੀ ਜੇ ਕੋਈ ਕਿਸੇ ਦੇ ਖੁਦਾ ਨਾ ਖਾਸਾ ਕੋਈ ਸਾਡਾ ਨੌਜਵਾਨ ਬੱਚਾ ਜਿਹੜਾ ਯੂਨੀਵਰਸਿਟੀ ਚ ਕਾਲਜ ਚਾ ਜਿਹਨੂੰ ਨਹੀਂ ਪਤਾ ਕੋਈ ਕਿਤੇ ਗੱਲ ਟ੍ਰਿਗਰ ਹੋ ਜੇ ਜੇ ਉਹਦੇ ਦਿਮਾਗ ਚ ਜਿਹੜੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਨੇ ਜੇ ਉਹ ਕਾਮਯਾਬ ਹੋ ਜੇ ਵੀ ਯਾਰ ਅੱਛਾ ਮੇਰੇ ਕੰਟਰੀ ਚ ਮੈਨੂੰ ਪੱਗ ਬੰਨਣ ਦਾ ਇਹ ਕਿਤੇ ਨਾ ਕਿਤੇ ਅਣਜਾਣ ਗੁਰਦੁਆਰੇ ਨਹੀਂ ਅਸੀਂ ਕਿਤੇ ਜਾ ਰਹੇ ਜੇ ਕੱਲ ਨੂੰ ਉਹ ਕੋਈ ਗੱਲ ਅਸੀਂ ਕਰ ਦੇਵੇ ਦੇਸ਼ ਦੇ ਖਿਲਾਫ ਵਿਰੋਧ ਤੇ ਫਿਰ ਉਹਦੀ ਜ਼ਿੰਮੇਵਾਰੀ ਕਿਦੀ ਹੋਊਗੀ ਰਾਹੁਲ ਗਾਂਧੀ ਦੀ ਹੋਊਗੀ ਖੜਗੇ ਸਾਹਿਬ ਜਾਂ ਤੁਹਾਡੀ ਹੋਏਗੀ ਇਸ ਕਰਕੇ ਅਸੀਂ ਇੱਕਦਮ ਇਹ ਕਾਊਂਟਰ ਕੀਤੇ ਇੱਕਦਮ ਇਹ ਗੱਲਾਂ ਕਈਆਂ ਮੀਡੀਆ 'ਚ ਵੀ ਕਿਸੇ ਵੀ ਸਿੱਖ ਦੇ ਇਹ ਭਾਵਨਾ ਮਨ 'ਚ ਨਾ ਆ ਜੇ ਕਿਉਂਕਿ ਵਿਦੇਸ਼ ਦੀ ਧਰਤੀ 'ਚ ਅੱਜ ਕੱਲ ਸਭ ਜੁੜੇ ਹੋਏ ਆ ਉੱਥੋਂ ਕੋਈ ਨਾ ਕੋਈ ਅਟੈਂਪਟ ਹੋ ਸਕਦਾ ਏ ਵੀ ਯਾਰ ਇਹ ਤਾਲੇਵਾਨ ਮੰਗੂ ਬਣ ਗਿਆ ਇੰਡੀਆ ਇੱਥੇ ਇਹ ਅਸੀਂ ਗੁਰਦੁਆਰੇ ਨਹੀਂ ਜਾ ਸਕਦੇ ਮੈਨੂੰ ਇੱਕ ਸਵਾਲ ਇਹ ਉਸ ਗੱਲ ਤੋਂ ਕਾਂਗਰਸ ਪਾਰਟੀ ਨੂੰ ਆ ਕੇ ਕਲੈਰਿਟੀ ਦੇਣੀ ਚਾਹੀਦੀ ਹੈ ਕਿਉਂਕਿ ਪੱਪੂ ਜੀ ਕੱਲ ਉਤਰ ਚੁੱਕੇ ਨੇ ਉਹਨਾਂ ਨੂੰ ਆ ਕੇ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਵੀ ਆ ਕੇ ਨਹੀਂ ਤਾਂ ਵਿਰੋਧ ਪਾਰਲੀਮੈਂਟ 'ਚ ਵੀ ਜਦੋਂ ਆਉਣਗੇ ਤਾਂ ਅਸੀਂ ਜਵਾਬ ਪੁੱਛਾਂਗੇ ਵੀ ਇੱਕ ਵੀ ਬਾਕੀ ਤਾਂ ਛੱਡੋ ਤੁਸੀਂ ਕਾਂਗਰਸੀ ਕੋਈ ਕਾਂਗਰਸੀ ਇੱਕ ਸਿੱਖ ਸਾਰੇ ਦੇਸ਼ ਤੋਂ ਲਿਆ ਕੇ ਖੜਾ ਕਰ ਦੋ ਜਿਹਨੂੰ ਕਿਸੇ ਨੂੰ ਪੱਗ ਬੰਨਣੋਂ ਰੋਕਿਆ ਹੋਵੇ ਕੜਾ ਪਾਉਣੋਂ ਰੋਕਿਆ ਹੋਵੇ ਜਿਸ ਕਿਸੇ ਨੂੰ ਇੱਕ ਹੋਰ ਗੱਲ ਮੈਂ ਤੁਹਾਨੂੰ ਕਹਿ ਦੇਣਾ ਚਾਹਨਾ ਇਸ ਵੇਲੇ ਮੋਦੀ ਸਾਹਿਬ ਦਾ ਇੰਡੀਆ ਏ ਜਿੱਥੇ ਸਿੱਖ ਸੁਰੱਖਿਅਤ ਸਮਝਦਾ ਜਦੋਂ ਇਹਨਾਂ ਦੇ ਵੇਲੇ ਤਾਂ ਸਿੱਖੁਰੇ ਮਾਰੇ ਜਾਂਦੇ ਸੀ ਅੱਜ ਜਦੋਂ ਅਫਗਾਨਿਸਤਾਨ ਚ ਉੱਥੇ ਪ੍ਰੋਬਲਮ ਆਈ ਤਾਂ ਸਿੱਖ ਕਿਥੇ ਹੋਰ ਜਾਣ ਤੋਂ ਅਮਰੀਕਾ ਕੈਨੇਡਾ ਜਾ ਸਕਦਾ ਸੀ ਉਹ ਸਿੱਖ ਮਾਈਗ੍ਰੇਟ ਕਿੱਥੇ ਕੀਤੇ ਉੱਥੋਂ ਇੰਡੀਆ ਚ ਦਿੱਲੀ ਚ ਆਏ ਸਿੱਖ ਪਾਕਿਸਤਾਨ ਚ ਕੋਈ ਇਸ਼ੂ ਹੁੰਦਾ ਕਿਤੇ ਜਾ ਸਕਦੇ ਸਿੱਖ ਇੰਡੀਆ ਚ ਆਉਂਦੇ ਨੇ ਬੰਗਲਾਦੇਸ਼ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਿੱਖ Hindu ਆ ਕੇ ਹਿੰਦੁਸਤਾਨ ਚ ਆਉਂਦਾ ਏ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੋਇਆ ਕਿਤੇ ਵੀ ਕੋਈ ਬੇਅਦਵੀਂ ਵਾਲੀ ਗੱਲ ਕੋਣਦੀ ਆ ਤੇ ਉਹ ਸਾਡੇ ਪੁਰੀ ਸਾਹਿਬ ਜਾਂ ਹੋਰ ساری ਸਰਕਾਰ ਮੰਤਰੀ ਆਪ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਏ ਇਹ ਗੱਲਾਂ ਕਰਨਗੇ ਇਹ ਇਹ ਤਾਂ ਇੰਨਾ ਇਸ ਗੱਲ 'ਚ ਫਸੇ ਨੇ ਅੱਜ ਇਹਨਾਂ ਨੇ ਦੇਖਿਆ ਵੀ ਹੋਰ ਕੋਈ ਚਾਰਾ ਨਹੀਂ ਇਹਦੇ ਵਿੱਚ ਹੁਣ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਕਿਸੇ ਦੇ ਕੋਈ ਬਿਆਨ ਕਿਸੇ ਦੇ ਕੋਈ ਬਿਆਨ ਉਹਦੀ ਗੱਲ ਛੱਡੋ ਥੋੜਾ ਤਾਂ ਬਿਆਨ ਤੁਹਾਡੇ ਆਪੋਜੀਸ਼ਨ ਲੀਡਰ ਐਲਓਪੀ ਨੇ ਦਿੱਤਾ ਤੁਸੀਂ ਕਿਸੇ ਵਰਕਰ ਦਾ ਕਿਸੇ ਹੋਰ ਕੋਈ ਗਲੀ 'ਚ ਕੋਈ ਕੀ ਕਹਿ ਰਿਹਾ ਉਹਦੇ ਬਿਆਨ ਕੱਢ ਕੇ ਕਿਤੇ ਤੁਸੀਂ ਦਿਖਾ ਰਹੇ ਹੋ ਉਹ ਗੱਲ ਛੱਡੋ ਉਹ ਗੱਲਾਂ ਦਾ ਸਹਾਰਾ ਨਾ ਲਓ ਤੁਸੀਂ ਇਹ ਕੋ ਵੀ ਜਿਹੜਾ ਐਲਓਪੀ ਇੱਕ ਜਿਹਦੇ ਦੋ ਦੋ ਪ੍ਰਧਾਨ ਮੰਤਰੀ ਰਹੇ ਹੋਣ ਉਹ ਕਿੰਨੀ ਹਿੰਮਤ ਚੁਰ ਗੱਲ ਕਰ ਦੇਵੇ ਉਹ ਭੁੱਲ ਜਵੇ ਆ ਉਹ ਸਭ ਕੁਝ ਸੱਤਾ ਭੁੱਲ ਜਵੇ ਵੀ ਮੈਂ ਸਿਰਫ ਤਾਕਤ ਹਾਸਲ ਕਰਨੀ ਆ ਮੈਂ ਸਿਰਫ ਗੱਦੀ ਹਾਸਲ ਕਰਨੀ ਆ ਉਹ ਗੱਦੀ ਹਾਸਲ ਕਰਨ ਲਈ ਮੈਨੂੰ ਚਾਹੇ ਸਿੱਖ ਵੰਡਣੇ ਪੈਣ ਚਾਹੇ ਮੈਨੂੰ ਸਿੱਖ ਮਰਵਾਉਣੇ ਪੈਣ ਚਾਹੇ ਸਿੱਖਾਂ ਨੂੰ ਦੇਸ਼ ਦਾ ਦੁਸ਼ਮਣ ਬਣਾਉਣਾ ਪਵੇ ਪਰ ਇਹ ਕੰਮ ਕਦੇ ਖੜਗੇ ਸਾਹਿਬ ਤੁਹਾਡੀ ਪਾਰਟੀ ਤੁਹਾਡੇ ਲੀਡਰ ਕਦੇ ਕਰਨੀ ਸਕਣਗੇ ਮਿੱਟੂ ਜੀ ਜਿਸ ਤਰੀਕੇ ਸੇ ਆਪਨੇ ਰਾਹੁਲ ਗਾਂਧੀ ਕੋ ਆਪਣੇ ਬਿਆਨ ਮੇ ਟੈਰਿਸ ਕਹਾ ਔਰ ਅੱਜ ਆਪਕੇ ਘਰ ਦੇ ਬਾਹਰ ਕੁਝ ਲੋਗ ਆਏ ਉਹ ਵੀ ਅਵਿਰੋਧ ਜਤਾ ਰਹੇ تھے۔ ਕੀ ਇਹ ਐਕਸ਼ਨ ਦਾ ਰਿਐਕਸ਼ਨ ਹੈ? ਕਿ ਜੋ ਲੋਗ ਅੱਜ ਆਪਕੇ ਘਰ ਦੇ ਬਾਹਰ ਆਏ ਕਿਉਂਕਿ ਪੁਲਿਸ ਨੇ ਉਹਨੂੰ ਅਰਡਿਟੇਨ ਵੀ ਕੀਤਾ। ਇਹ ਇਹ ਲੋਕ ਗਿੱਜੇ ਹੋਏ ਨੇ। ਇਹਨਾਂ ਦੀ ਆਦਤ ਆ ਵੀ ਸੱਤਾ ਦੇ ਨਾਲ ਕੁਛ ਲੋ ਲੋਕਾਂ ਦੀ ਤਾਕਤ ਨਾ ਮਾਰੋ। ਉਹੀ ਕੰਮ ਕਰਨ ਅੱਜ 20-25 ਲੋਕ ਜਿਹੜੇ ਆ ਮੈਨੂੰ ਤਾਂ ਬਾਹਰ ਦੱਸਿਆ ਏ ਵੀ ਇੱਕਦਮ 20-25 ਲੋਕ ਆਏ ਤੇ ਜਦੋਂ ਅੰਦਰੋਂ ਜਿਹੜੇ ਸਿਕਿਉਰਿਟੀ ਸੀ ਉਹਨਾਂ ਨੇ ਕੋਈ ਗੱਲ ਕੀਤੀ ਉਹਨਾਂ ਨੇ ਗੱਲ ਕਹੀ ਜਾਂ ਉਹਨਾਂ ਨੇ ਇੱਕਦਮ ਕਾਲ ਕੀਤਾ ਤੇ ਉਸ ਤੋਂ ਬਾਅਦ ਜੇ ਵਿਰੋਧ ਕਰਨਾ ਤੋਂ ਦੱਸ ਕਿਉਂ ਕਰਨ ਵਿਰੋਧ ਐਜੀਟੇਸ਼ਨ ਚ ਲੋਕਤੰਤਰ ਮੇਂ ਕਿਸੇ ਕਿਸ ਨੂੰ ਵੀ ਐਜੀਟੇਸ਼ਨ ਕਰਨ ਦਾ ਹੱਕ ਆ ਉਹ ਚੋਰੀ ਆ ਕੇ ਉਹਨਾਂ ਦੇ ਪਤਾ ਨਹੀਂ ਕੀ ਕੀ ਉਹਨਾਂ ਦੇ ਕੋਲ ਸੀ ਕੀ ਨਹੀਂ ਸੀ ਉਹ ਆ ਕੇ ਜਦੋਂ ਪੁਲਿਸ ਅੱਗੇ ਆਈ ਤੇ ਭੱਜ ਗਏ ਇੱਕਦਮ ਤੇ ਇਸ ਕਰਕੇ ਕੀ ਕਰਨਾ ਹੈ ਸੀ ਕੀ ਨਹੀਂ ਕਰਨਾ ਹੈ ਸੀ ਉਹ ਤਾਂ ਵੈਰੀਫਿਕੇਸ਼ਨ ਦਾ ਇਸ਼ੂ ਆ ਪਰ ਇਹ ਚੀਜ਼ਾਂ ਨਾਲ ਗੱਲ ਕੋਈ ਨਾ ਰੁਕ ਸਕਦੀ ਆ ਇਸ ਗੱਲ ਦਾ ਨਾ ਕੋਈ ਤੁਸੀਂ ਕਿਸੇ ਚੀਜ਼ ਨੂੰ ਦਬ ਸਕਦੇ ਹੋ ਪਰ ਪੰਜਾਬ ਦੇ ਲੀਡਰਾਂ ਨੂੰ ਮੈਂ ਖਾਸ ਤੌਰ ਤੇ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਉਹ ਤੁਸੀਂ ਬਹੁਤ ਖੂਨ ਆ ਜਿਹੜਾ ਪੰਜਾਬ ਦਾ ਡੋਲਿਆ ਥੋੜੀ ਥੋਡੇ ਕਰਕੇ ਅੱਜ ਤੱਕ ਮੈਨੂੰ ਪਤਾ ਜੇ ਮੇਰੇ ਦਾਦਾ ਜੀ ਜਦੋਂ ਮੁੱਖ ਮੰਤਰੀ ਬਣੇ ਕੀ ਹਾਲਾਤ ਇਹ ਇਹ ਗਾਂਧੀ ਫੈਮਲੀ ਕਰਕੇ ਪੰਜਾਬ ਚ ਕਿੰਨੇ ਤਰੀਕੇ ਨਾਲ ਟੈਰਰਿਜ਼ਮ ਸੀ ਤੇ ਸਾਡੇ ਹਜ਼ਾਰਾਂ ਜਿਹੜੇ ਟੈਰਰਿਸਟ ਸੀ ਉਹ ਵੀ ਪੰਜਾਬੀ ਸੀ 35000 ਲੋਕ ਜਿਹੜੇ ਹਿੰਦੂ ਸਾਡੇ ਸ਼ਹੀਦ ਹੋ ਗਏ ਉਸ ਵੇਲੇ ਉਹ ਹਿੰਦੂ ਪਰਿਵਾਰ ਅੱਜ ਯੂਪੀ ਚ ਅੱਜ ਹਰਿਆਣੇ ਚ ਅੱਜ ਦਿੱਲੀ ਚ ਮਾਈਗ੍ਰੇਟ ਉਸ ਵੇਲੇ ਹੋ ਗਏ ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਸੀ ਕੰਮ ਸੀ ਉਹ ਹਿੰਦੂ ਪਰਿਵਾਰ ਹਿੱਲ ਗਏ ਤੇ ਬਾਕੀ ਸਟੇਟ ਤੋਂ ਸਿੱਖ ਫੈਮਲੀਜ਼ ਨੂੰ ਮਾਈਗ੍ਰੇਟ ਕਰਨਾ ਪਿਆ ਉਹਨਾਂ ਦੇ ਬਿਜ਼ਨਸ ਉੱਥੇ ਕਿਉਂਕਿ ਇਹਨਾਂ ਨੇ ਉਹਨਾਂ ਦੇ ਫੈਕਟਰੀਆਂ ਜਲਾਤੀਆਂ ਦੁਕਾਨਾਂ ਜਲਾਤੀਆਂ ਇਹ ਉਹ ਰਾਹੁਲ ਗਾਂਧੀ ਆ ਜਿਹੜਾ ਗੱਲਾਂ ਕਰਦਾ ਇਸ ਕਰਕੇ ਮੈਂ ਸਮਝਦਾ ਉਸ ਤੋਂ ਬਾਅਦ ਇਹ ਰਾਹੁਲ ਗਾਂਧੀ ਹਾਲਾਤ ਨੇ ਕਾਂਗਰਸ ਦਾ ਇਹਨਾਂ ਦੇ ਰਾਜ ਇਹਦੇ ਇਹਨਾਂ ਦੇ ਥੱਲੇ ਲੀਡਰਸ਼ਿਪ ਪਹਿਲਾਂ ਸਰਕਾਰ ਸੀ ਅੱਜ 18 ਐਮਐਲਏ ਰਹਿ ਗਏ ਨੇ ਕੁੱਲ ਕਾਂਗਰਸ ਪਾਰਟੀ ਬਿਲਕੁਲ ਉੱਥੇ ਜਿਹੜੀ ਹੈ ਇਹਨਾਂ ਦੀ ਲੀਡਰਸ਼ਿਪ ਦੇ ਥੱਲੇ ਜਿਹੜੇ ਵੀ ਇਹਨਾਂ ਦੇ ਲੀਡਰ ਨੇ ਉਹ ਖਤਮ ਹੋ ਰਹੀ ਆ ਤੇ ਅਸੀਂ ਇਹ ਗੱਲ ਕੱਲੇ ਕੱਲੇ ਸਿੱਖ ਦੇ ਕੋਲ ਕੱਲੇ ਕੱਲੇ ਪੰਜਾਬੀ ਦੇ ਕੋਲ ਜਾ ਕੇ ਪੰਜਾਬ 'ਚ ਕਰਾਂਗੇ ਇਹ ਐਡੀ ਬੜੀ ਮੈਂ ਸਮਝਦਾ ਇੱਕ ਐਡੀ ਬੜੀ ਬਚਕੰਨਾ ਹੱਲ ਜਿਹੜੀ ਰਾਹੁਲ ਗਾਂਧੀ ਨੇ ਕੀਤੀ ਆ ਉਹ ਕੱਲੇ ਕੱਲੇ ਪਿੰਡ ਚ ਕੱਲੇ ਕੱਲੇ ਸ਼ਹਿਰ ਚ ਪੰਜਾਬ ਚ ਜਾ ਕੇ ਦੱਸਾਂਗੇ ਵੀ ਇਹ ਕਿਸ ਤਰੀਕੇ ਨਾਲ ਪੰਜਾਬ ਤੇ ਪੰਜਾਬੀਆਂ ਨੂੰ ਦੁਬਾਰਾ ਆਪਣੀ ਸੱਤਾ ਹਾਸਲ ਕਰਨ ਨੂੰ ਇਹ ਵਰਤਣਾ ਚਾਹੁੰਦਾ ਖੜਗੇ ਸਾਹਿਬ ਮੈਨੂੰ ਲੱਗਦਾ ਸੀ ਬੜੇ ਸਿਆਣੇ ਨੇ ਮੈਂ ਇੱਜ਼ਤ ਕਰਦਾ ਉਹਨਾਂ ਦੀ ਖੜਗੇ ਸਾਹਿਬ ਚੰਗਾ ਹੁੰਦਾ ਉਹ ਸਾਡੀ ਇਹ ਚਿੱਠੀ ਲਿਖਣ ਤੋਂ ਬਾਅਦ ਉਹ ਆਪ ਇੱਕ ਪਾਰਟੀ ਦੇ ਪ੍ਰਧਾਨ ਨੇ ਤੇ ਰਾਹੁਲ ਗਾਂਧੀ ਜਦੋਂ ਉੱਤਰਦਾ ਤਾਂ ਉਹਨੂੰ ਸਿੱਧਾ ਪੁੱਛਦੇ ਕੰਨ ਤੋਂ ਫੜ ਕੇ ਵੀ ਰਾਹੁਲ ਗਾਂਧੀ ਜੀ ਤੁਸੀਂ ਇਹ ਕਿਹੜੇ ਬਿਆਨ ਅਮਰੀਕਾ 'ਚ ਦੇਖ ਕੇ ਆਏ ਹੋ ਕਿੱਥੇ ਹੋ ਰਹੀ ਏ ਚੀਜ਼ ਮੈਨੂੰ ਵੀ ਜਰਾ ਦੱਸ ਦਿਓ ਉਹਨਾਂ ਨੂੰ ਪੁੱਛਦੇ ਉਲਟਾ ਵੀ ਮੈਨੂੰ ਦੱਸੋ ਵੀ ਕਿਹੜੇ ਪੰਜਾਬੀ ਦੀ ਪੱਗ ਕੜਾ ਲੈਣ ਨੂੰ ਰੋਕਿਆ ਜਾਂਦਾ ਗੁਰਦੁਆਰੇ ਜਾਣ ਤੋਂ ਰੋਕਿਆ ਜਾਂਦਾ ਮੈਨੂੰ ਵੀ ਜਿਹੜੀ ਲਿਸਟ ਦੇ ਦਿਓ ਪ੍ਰੋਵਾਈਡ ਜਿਹੜੀ ਤੁਹਾਡੇ ਕੋਲ ਕਿੱਥੋਂ ਆਈ ਆ ਉਲਟਾ ਖੜਗੇ ਸਾਹਿਬ ਨੂੰ ਇਹ ਕੰਮ ਕਰਨਾ ਚਾਹੀਦਾ ਸੀ ਉਲਟਾ ਉਹਨਾਂ ਨੇ ਕੁਐਸਚਨ ਆਪਣੇ ਕਿਉਂਕਿ ਗੱਲ ਠੀਕ ਆ ਵੀ ਮਾਲਕ ਗਾਂਧੀ ਫੈਮਿਲੀ ਆ ਨੌਕਰੀ ਕਰਨੀ ਆ ਤੇ ਨਖਰਾ ਕੀ राजनीतिक सवाल है राजधानी दिल्ली में एक बड़ी राजनीतिक हलचल को मिली अरविंद केजरीवाल कुछ देर में इस्तीफा देने जा रहे हैं और आतिशी दिल्ली की मुख्यमंत्री बन रही है किस तरीके से देखते पूरी राजनीति को और एक नया चेहरा दिल्ली के मुख्यमंत्री के रूप में आतिशी देखो जी बहुत वादिया गल नए मुख्यमंत्री आतिशी जी बन रहे हैं उन्होंने बहुत बहुत मुबारकवाद बधाई ਇਹ ਜਿਹੜੀਆਂ ਸਿਆਸਤ ਚ ਚਲਦੀਆਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਦੇ ਕੋਈ ਬਣ ਗਿਆ ਕਦੇ ਕੋਈ ਲੈ ਗਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿਆਸਤ ਚ ਹੁੰਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਹੁਣ 17 ਮਹੀਨੇ ਤੱਕ ਜੇਜਰੀਵਾਲ ਦੀ ਜੇਲ੍ਹ ਚ ਰਹਿ ਗਏ ਆ ਇਸ ਕਰਕੇ ਥੋੜਾ ਬਹੁਤ ਟਾਈਮ ਵੀ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਸਿਹਤ ਲਈ ਉਹਨਾਂ ਦੇ ਪਰਿਵਾਰ ਲਈ ਅੱਗੇ ਉਹ ਅਰੈਸਟ ਕਰਨ ਥੋੜਾ